सराइकी भी जरा सिंपल वाली हो जाए कि जरा सबनू समझ आ जाए, समझ आ जाए, तो वही गाना हिट भी हो जाता है। बहुत ही गाड़ी ना ना हो, वो नहीं समझ पता है कि तू जेनु पूछता फिर यार की क्या है क्या है कौन जी के नहीं लाला सही है मेरा सारे जग तो सोना मेरे एक सिंगर ने को गाना गाया मैं कहते फलां बंदे दा वो कहता नहीं भाजी मेरा मैं कहा अगे तो लोग कसम खा के नहीं सी मानदे तू गाना गा के नहीं मानदा अस्सलाम वालेकुम नाजरीन तुसी देख रहे हो अलबेला टीवी इस वक्त मेरे कोल पाकिस्तान की बड़ी खूबसूरत आवाज़ बल्कि यंग आवाज़ नादिया हाशमी मेरे कोल है तो इन्होंने अभी थोड़ी गुफ्तगू करांगे कैजुअल जी तो अस्सलाम वालेकुम जी जी वालेकुम सलाम की हाल है ठीक हो तुसी नादिया जी तुसी वैसे थोड़े वक्त बड़ा नाम बना लिया ज़्यादा शुक्र अलहमदुल्ला जे जितने भी अच्छे दोस्त है उन्होंने दुआवां और कुछ घर वाले भी स्पेशल नहीं ये गॉड गिफ्टेड भी होता है फनकार बना के भेजता अगो फिर लोग पसंद करते हैं ਉਹਦੀ ਆਵਾਜ਼ ਨੂੰ ਬਿਲਕੁਲ ਨੋ ਡਾਊਟ ਤੇ ਤੁਸੀਂ ਬੇਸਿਕਲ ਮੁਲਤਾਨ ਦੇ ਹੋ ਹਾਂਜੀ ਬੇਸਿਕਲੀ ਮੈਂ ਸਰਾਇਕੀ ਨਹੀਂ ਮੈਂ ਹੈ ਪੰਜਾਬੀ ਲੇਕਿਨ ਹੈ ਮੁਲਤਾਨ ਤੋਂ ਲੇਕਿਨ ਉਸੇ ਸਰਾਇਕੀ ਤੁਹਾਨੂੰ ਸਾਰੀ ਆਉਂਦੀ ਹੋਣੀ ਹਾਂਜੀ ਮੈਨੂੰ ਸਮਝ ਆ ਗਈ ਥੋੜੀ ਥੋੜੀ ਸੌਂਗ ਹੀ ਸਰਾਇਕੀ ਸਰਾਇਕੀ ਨਹੀਂ ਬਿਲਕੁਲ ਬਿਲਕੁਲ ਸਭ ਤੋਂ ਪਹਿਲਾ ਸੌਂਗ ਗਿਲਾ ਤੇਰਾ ਕਰੀਏ ਅਸੀਂ ਮਰ ਨਾ ਜਾਈਏ ਬੜਾ ਫੇਮਸ ਹੋਇਆ ਉਸ ਤੋਂ ਬਾਅਦ ਪੂਰੀ ਜਹਾਨ ਨੇ ਉਹਨੂੰ ਰੀਮਿਕਸ ਕੀਤਾ ਲੇਕਿਨ ਓਰੀਜਨਲੀ ਮੇਰਾ ਔਰ ਸ਼ਰਾਫਤ ਅਲੀ ਬਲੋਚ ਸਿੰਗਰ ਸਾਡਾ ਡਿਊਟ ਗਾਣਾ ਹੈ ਅੱਜਕੱਲ ਤੁਸੀਂ ਲਾਹੌਰ ਦੇ ਵਿੱਚ ਆਪਣਾ ਹਾਂਜੀ ਹੁਣ ਮੈਂ ਲਾਹੌਰ ਸ਼ਿਫਟ ਹੋ ਗਈ ਹਾਂ ਹੋਰ ਕਿਹੜੇ ਕਿਹੜੇ ਸਿੰਗਰ ਨਾਲ ਤੁਸੀਂ ਗਾਣੇ ਕੀਤੇ ਮੈਂ ਮਜ਼ਰ ਆਹੀ ਨਾਲ ਆਇਆ ਪਿੰਡੀ ਪਿਆ ਵੇਨਾ ਹੈ ਫਿਰ ਮਲਕੂ ਨਾਲ ਤਿੰਨ ਗਾਣੇ ਆਏ ਨੇ ਜਿਨ੍ਹਾਂ 'ਚੋਂ ਜਿਹੜਾ ਸਭ ਤੋਂ ਜ਼ਿਆਦਾ ਹਿੱਟ ਗਿਆ ਉਹ ਪਿੰਡੀਵਾਲ ਮਸ਼ਹੂਰ ਪਾਉਂਦੇ ਬੋਸਕੀ ਦਾ ਸੂਟ ਸੋਹਣੀ ਗੱਡੀ ਰੱਖਦੇ ਸੋਹਣਾ ਰੱਖਦੇ ਮਸ਼ਹੂਰ ਇਹ ਬੜਾ ਹਿੱਟ ਗਿਆ ਹੁਣ ਅੱਗੇ ਵੀ ਕਾਫੀ ਸਾਰੇ ਪ੍ਰੋਜੈਕਟ ਨੇ ਤੇ ਸ਼ੇਰਮੀਆ ਦਾਸ ਸਾਹਿਬ ਸਾਡੇ ਹਾਂਜੀ ਉਹਨਾਂ ਨਾਲ ਬੜੇ ਪਿਆਰੇ ਸਿੰਗਰ ਅੱਲਾ ਉਹਨਾਂ ਨੂੰ ਸਿਹਤ ਤੰਦਰੁਸਤੀ ਦੇ ਆਮੀਨ ਆਮੀਨ ਇਸ ਵੇਲੇ ਤੇ ਮਾਸ਼ਾਅੱਲਾ ਬੜੇ ਬਿਹਤਰੀਨ ਹੋ ਰਹੇ ਨੇ ਬਿਲਕੁਲ 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 ਅੱਲਾ ਪਾਕ ਉਹਨਾਂ ਨੂੰ ਮਜ਼ੀਦ ਤਰੱਕੀ ਵੀ ਦੇਵੇ ਔਰ ਨਜ਼ਰੇ ਪਾਤ ਤੋਂ ਬਚਾਏ ਔਰ ਸਿਹਤ ਦੀ ਤਰਫ ਲੈ ਕੇ ਜਾਵੇ ਬਿਲਕੁਲ ਕਿਉਂਕਿ ਉਹ ਇਸ ਕੰਮ ਦੇ ਕਲਾਕਾਰ ਲੋਕ ਸਹੀ ਫਨਕਾਰ ਹਾਂਜੀ ਨੈਕਸਟ ਪ੍ਰੋਜੈਕਟ ਬਸ ਉਹਨਾਂ ਨਾਲ ਹੈ ਇਨਸ਼ਾਅੱਲਾ ਕੋਸ਼ਿਸ਼ ਕਿ ਜਲਦੀ ਆਏ ਤੇ ਕੋ ਸਰਾਇਕੀ ਫਿਲਮ 'ਚ ਵੀ ਗਾਣਾ ਗਾਇਆ ਤੁਸੀਂ ਪਿੱਛੇ ਜੇ ਸਰਾਇਕੀ ਫਿਲਮਾਂ ਬਹੁਤ ਬਣੀਆਂ ਸੀ ਉੱਥੇ ਨਹੀਂ ਮੈਂ ਨਹੀਂ ਗਾਇਆ ਤੇ ਕੋਈ ਐਕਟਿੰਗ ਵਾਲ ਵੀ ਸ਼ੌਕ ਤੁਹਾਡਾ ਨਹੀਂ ਬਿਲਕੁਲ ਨਹੀਂ ਮੈਂ ਕਹਿੰਦੀ ਹਾਂ ਕਿ ਤੁਸੀਂ ਸਟੇਜ ਤੇ ਪਰਫਾਰਮ ਕਰਦੇ ਹੋ ਬੜਾ ਅੱਛਾ ਤੁਹਾਡੇ ਥੈਂਕ ਯੂ ਅੰਗ ਚ ਲੱਗਦਾ ਹੈ ਕਿ ਇੱਕ ਆਰਟਿਸਟ ਮਾਈਂਡ ਬੰਦਾ ਗਾ ਰਿਹਾ ਹਾਂਜੀ ਬਹੁਤ ਸ਼ੁਕਰੀਆ ਉਹ ਤੁਹਾਡੀ ਹੁਸਨੇ ਨਜ਼ਰ ਹੈ ਲੇਕਿਨ ਮੈਂ ਕਹਿੰਦੀ ਕਿ ਆਰਟ ਤੁਹਾਡੇ ਅੰਦਰ ਹੈ ਛੁਪਿਆ ਉਹ ਸਿੰਗਿੰਗ ਚ ਲਗਾ ਲਓ ਐਕਟਿੰਗ ਚ ਲਗਾ ਲਓ ਕਿਸੇ ਵੀ ਲੇਕਿਨ ਜੋ ਤੁਸੀਂ ਕੰਮ ਕਰ ਰਹੇ ਹੋ ਉਹਦੇ ਤੇ ਤੁਸੀਂ ਪੂਰੀ ਤਵੱਜੋ ਕਰੋ ਕਨਸੈਂਟਰੇਟ ਕਰੋ ਜਦੋਂ ਮਤਲਬ ਕਹਿੰਦੇ ਨਾ ਜਿੰਨੀਆਂ ਲੱਤਾਂ ਫਸਾ ਲਓ ਜਿੰਨੇ ਕੰਮਾਂ 'ਚ ਫਿਰ ਉਸ ਤੋਂ ਵੀ ਬੰਦਾ ਜਾਂਦਾ ਹੈ ਅਤੇ ਇਹ ਤੁਹਾਨੂੰ ਕਦੋਂ ਮਤਲਬ ਸ਼ੌਕ ਮਤਲਬ ਤੁਹਾਨੂੰ ਪਤਾ ਲੱਗਾ ਕਿ ਮੈਂ ਗਾ ਸਕਦੀ ਹਾਂ ਮੈਂ ਸਕੂਲ ਲਾਈਫ 'ਚ ਹੀ ਨਾ ਤਾਂ ਮਿਲੀ ਨਗਮੇ ਔਰ ਇਹ ਉੱਥੋਂ ਹੀ ਬਸ ਉੱਥੋਂ ਤੁਸੀਂ ਕੱਪ ਚੁੱਕੇ ਹੋ ਮਾਸ਼ਾਅੱਲਾ ਬਹੁਤ ਚੁੱਕੇ ਜਿਹੜਾ ਮਤਲਬ ਸਟੂਡੈਂਟ ਜ਼ਿਆਦਾ ਪੜ੍ਹਾਈ 'ਚ ਧਿਆਨ ਨਾ ਉਹ ਵੈਸੇ ਟੈਲੈਂਟਡ ਬਹੁਤ ਹਾਂਜੀ ਬਿਲਕੁਲ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਮੇਰਾ ਪੜ੍ਹਾਈ 'ਚ ਤਵੱਜੋ ਨਹੀਂ ਸੀ ਰਹੀ ਇਹਨਾਂ ਦੀ ਗੱਲ ਤੇ ਕੋਈ ਤੁਸੀਂ ਇਹਨਾਂ ਦੀ ਗੱਲ ਨੂੰ ਸੀਰੀਅਸ ਨਹੀਂ ਲੈਣਾ ਨਹੀਂ ਨਹੀਂ ਜਿਸ ਤਰ੍ਹਾਂ ਤੁਸੀਂ ਟੈਲੈਂਟਡ ਹੋ ਵੈਸੇ ਮੇਰੇ ਦੇ ਹਿਸਾਬ ਨਾਲ ਫਸਟ ਪੋਜੀਸ਼ਨ ਲੈਂਦੇ ਹੋ ਇਹ ਬਿਲਕੁਲ ਬਿਲਕੁਲ ਲਈਆਂ ਨੇ ਔਰ ਬਹੁਤ ਜ਼ਿਆਦਾ ਵਿਨ ਕੀਤੇ ਨੇ ਮੁxtਲਫ ਸਾਲ ਬਾਅਦ ਸਕੂਲਾਂ 'ਚ ਇਵੈਂਟ ਹੁੰਦੇ ਨੇ ਨਾ ਹਾਂਜੀ ਬਹੁਤ ਹੁੰਦੇ ਨੇ ਤਕਰੀਰੀ ਮੁਕਾਬਲੇ ਮੌਸੀਕੀ ਤੇ ਮੈਨੂੰ ਨਹੀਂ ਯਾਦ ਕਿ ਅੱਜ ਤੱਕ ਕੋਈ ਐਸਾ ਕੰਪੀਟੀਸ਼ਨ ਆਇਆ ਸੀ ਕਿ ਜਿਹਦੇ ਵਿੱਚ ਮੈਂ ਹਾਰ ਗਈ ਸੀ ਇਹੋ ਜਿਹੇ ਸਟੂਡੈਂਟ ਮਾਸਟਰ ਬਹੁਤ ਪਿਆਰ ਕਰਦੇ ਆ ਟੀਚਰ ਵੀ ਬਹੁਤ ਮੁਹੱਬਤ ਕਰਦੇ ਕਿ ਸਾਡਾ ਬੜਾ ਕਾਬਲ ਹੈ ਸਟੂਡੈਂਟ ਬਿਲਕੁਲ ਅੱਜ ਵੀ ਉਹ ਵਕਤ ਯਾਦ ਹੈ ਕਿ ਜਦੋਂ ਟ੍ਰੋਫੀ ਕਿਸੇ ਆਊਟ ਆਫ ਸਿਟੀ 'ਚ ਹੁੰਦਾ ਸੀ ਪ੍ਰੋਗਰਾਮ ਜਾਂ ਮੁਲਤਾਨ 'ਚ ਹੁੰਦਾ ਸੀ ਅਤੇ ਸੁਬਾ ਅਸੈਂਬਲੀ ਦੇ ਵਿੱਚ ਸਾਡੇ ਟੀਚਰ ਔਰ ਸਾਡੇ ਜਿੰਨੇ ਵੀ ਸਕੂਲ ਦੇ ਸਾਰੇ ਬੱਚੇ ਉਹ ਸਟੇਜ 'ਤੇ ਨਾਮ ਅਨਾਊਂਸ ਹੁੰਦਾ ਸੀ ਔਰ ਜਿਹੜਾ ਗਿਫਟ ਮਿਲਿਆ ਹੁੰਦਾ ਸੀ ਉਸ ਟਾਈਮ ਸੁਬਾ ਸਾਰਿਆਂ ਸਾਹਮਣੇ ਦਿੰਦੇ ਸੀ ਅਤੇ ਉਹ ਬਹੁਤ ਅੱਛੀ ਫੀਲ ਆਉਂਦੀ ਹੈ ਉਹ ਅੱਜ ਵੀ ਯਾਦ ਹੈ ਅਤੇ ਤੁਹਾਡੇ ਸਟੂਡੈਂਟ ਆਈ ਬੜਾ ਪ੍ਰਾਊਡ ਕਰਦੇ ਹੋਣਗੇ ਕਿ ਨਾਦੀਆ ਹਾਸ਼ਮੀ ਦੇਖੋ ਹਾਂਜੀ ਬਿਲਕੁਲ ਪਾਕਿਸਤਾਨ ਦੀ ਇੱਕ ਬੜੀ ਖੂਬਸੂਰਤ ਆਵਾਜ਼ ਬਣ ਗਈ ਹੈ ਬਿਲਕੁਲ ਬਿਲਕੁਲ ਅਤੇ ਉੱਥੇ ਸ਼ਰਾਰਤਾਂ ਵੀ ਬਹੁਤ ਸਕੂਲ ਕਰਦੇ ਹੋਵੋਗੇ ਤੁਸੀਂ ਹਾਂਜੀ ਬਿਲਕੁਲ ਡੈਫੀਨੇਟਲੀ ਐਵੇਂ ਘੈਂਟੀ ਵਜਾਤੀ ਛੁੱਟੀ ਹਾਂਜੀ ਬਿਲਕੁਲ ਤੇ ਗਾਇਕੀ ਬਕਾਇਦਾ ਕੋਈ ਉਸਤਾਦ ਹਾਂਜੀ ਮੈਂ ਬਕਾਇਦਾ ਜਿਹੜੀ ਸਿੱਖੀ ਸੀ ਹਾਂਜੀ ਉਹ ਫੈਸਲਾਬਾਦ ਤੋਂ ਅਲਤਾਫ ਹੈਦਰੀ ਸਾਹਿਬ ਮਾਸਟਰ ਅਬਦੁੱਲਾ ਦੇ ਸ਼ਾਗਿਰਦ ਸੀ ਵਾਹ 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 ਉਸ ਤੋਂ ਬਾਅਦ ਫਿਰ ਉਹਨਾਂ ਦੀ ਡੈਥ ਹੋ ਗਈ ਮੇਰੇ ਟੀਚਰ ਦੀ ਅਲਤਾਫ ਹੈਦਰੀ ਸਾਹਿਬ ਦੀ ਫਿਰ ਮੈਂ ਮੁਲਤਾਨ ਆਰਟਸ ਕੌਂਸਲ ਤੋਂ ਮੁਹੰਮਦ ਅਨਵਰ ਉਹਨਾਂ ਕੋਲੋਂ ਸਿੱਖੀ ਅੱਛਾ ਅੱਛਾ ਹਾਂਜੀ
ਮੁਲਤਾਨ 'ਚ ਬੜੇ ਫਨ ਹੈਗਾ, ਬੜੀ ਆਰਟ ਹੈ ਅਤੇ ਆਵਾਜ਼ ਵੀ ਹੈ ਉੱਥੇ, ਆਰਟਿਸਟ ਵੀ ਬਹੁਤ ਨੇ, ਬਹੁਤ ਜ਼ਿਆਦਾ। ਦੇਖੋ ਨਾ ਪਾਕਿਸਤਾਨ ਫਿਲਮ ਇੰਡਸਟਰੀ ਦੇ ਵਿੱਚ ਜਿੰਨੇ ਵੀ ਵੱਡੇ ਵੱਡੇ ਫੀਮੇਲ ਜਿਹੜੇ ਨਾਂ ਆਏ ਨੇ ਨਾ, ਬਿਲਕੁਲ ਸਾਰੇ ਮੁਲਤਾਨ ਤੋਂ ਆਏ। ਬਹੁਤ ਅੱਜ ਜਿਤਨੇ ਅੱਜ ਸਾਡੇ ਲੇਜੈਂਡਸ ਨੇ, ਮੈਂ ਕਹਿੰਦੀ ਉਹਨਾਂ 'ਚ ਜ਼ਿਆਦਾ ਜਿਹੜਾ ਸ਼ੁਮਾਰ ਹੈ ਉਹ ਮੁਲਤਾਨ ਤੋਂ ਹੀ ਹੁੰਦਾ ਸਾਰੇ ਆਰਟਿਸਟ। ਮੁਲਤਾਨ ਦੀ ਮਿੱਟੀ 'ਚ ਵੀ ਬੜਾ ਮਤਲਬ ਖੁਸ਼ਬੂ ਹੈ ਫਨਕਾਰ ਫਨ ਦੀ। ਬਿਲਕੁਲ ਬਿਲਕੁਲ, ਨੋ ਡਾਊਟ। ਇੱਕ ਉਹ ਮਸਤਾਨਾ ਪਰਵਾਨਾ ਹੁੰਦੇ ਸਨ ਦੋ, ਹਾਂਜੀ 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 ਬਿਲਕੁਲ, ਉਹਨਾਂ ਦਾ ਇੱਕ ਸੇਰਾ ਬੜਾ ਮਸ਼ਹੂਰ ਸੀ। ਖੁਦ ਤਾਂ ਬੰਦਾ ਗਾਉਂਦਾ ਹੀ ਗਾਉਂਦਾ ਹੈ, ਮਤਲਬ ਉਹਨੂੰ ਵੀ ਕੋਈ ਪਸੰਦ ਹੁੰਦਾ ਹੈ ਨਾ, ਕੋਈ ਤੁਹਾਨੂੰ ਕੌਣ ਪਸੰਦ ਹੈ ਕਿ ਜਿਹਦੇ ਵਿੱਚ ਤੁਸੀਂ ਜ਼ਿਆਦਾ ਉਹਨੂੰ ਸੁਣਦੇ ਹੋ? ਸਾਡੇ ਲੇਜੈਂਡਸ ਤਾਂ ਜਿੰਨੇ ਵੀ ਨੇ ਮਾਸ਼ਾਅੱਲਾ ਸਾਰੇ ਅੱਛਾ ਗਾਉਂਦੇ ਹੈ, ਜਿਹਨਾਂ 'ਚ ਮੈਡਮ ਨੂਰਜਹਾਂ ਹੋ ਗਏ ਜੀ, ਮਹਿਦੀ ਹਸਨ ਸਾਹਿਬ ਹੋ ਗਏ, ਗੁਲਾਮ ਅਲੀ ਸਾਹਿਬ ਹੋ ਗਏ, ਹੋਰ ਵੀ ਜਿਤਨੇ ਨਾਮ ਲੈਂਦੇ ਜਾਓ ਉਨੇ ਥੋੜ੍ਹੇ ਨੇ। ਨਹੀਂ ਅੱਜ ਦੇ ਦੌਰ ਦੇ ਵਿੱਚ, ਅੱਜ ਦੇ ਦੌਰ ਦੇ ਵਿੱਚ ਸਜਾਦ ਅਲੀ ਸਾਹਿਬ, ਸਜਾਦ ਅਲੀ ਸਾਹਿਬ, ਸ਼ਫਕਤ ਅਮਾਨਤ ਜੀ, ਅਮਾਨਤ, ਉਸ ਤੋਂ ਬਾਅਦ ਉਹਨੂੰ ਫੀਮੇਲ ਦੇ ਵਿੱਚ ਫਰੀਆ ਪਰਵੇਜ਼ ਜੀ, ਘਰਾਨਾ ਬਹੁਤ ਵੱਡਾ, ਲੇਕਿਨ ਅੱਗੇ ਜਿਹੜੀ ਅੱਜ ਦੀ ਆਏ ਨੇ ਯੰਗਸਟਰ, ਸਾਡੇ ਸੁਣਨ ਵਾਲਿਆਂ ਨੂੰ ਕੁਛ ਤੁਸੀਂ ਆਪਣਾ ਲਾਈਵ ਸੁਣਾ ਸਕਦੇ ਜੀ? ਮੈਂ ਆਪਣਾ ਹੀ ਸੌਂਗ ਸੁਣਾਵਾਂਗੀ ਜਿਸ ਤੋਂ ਮੈਨੂੰ ਨਾਮ ਮਿਲਿਆ, ਜਿਸ ਤੋਂ ਮੇਰੀ ਪਹਿਚਾਣ, ਮੈਨੂੰ ਲੋਕ ਜਾਣਦੇ ਨੇ। ਗਿਲਾ ਤੇ ਡਾਕਰੀਏ ਅਸੀਂ ਮਰ ਨਾ ਜਾਈਏ, ਹੋਵੇ ਦੂਰ ਢੋਲਾ ਪਿੱਛੇ ਮਰ ਨਾ ਜਾਈਏ, ਤੈਨੂੰ ਜੈ ਬਛਾਏ ਉਹਦਾ ਮੂੰਹ ਤੇ ਲੈ ਆ, ਉਹਦਾ ਮੂੰਹ ਤੇ ਲੈ ਆਓ ਗਿਲਾ ਤੇ ਡਾਕਰੀਏ। ਜਿਵੇਂ ਮੈਂ ਹਾਂ ਚਾਹੁੰਦੀ ਤੈਕੂ ਕੋਈ ਨਾ ਚਾਸੀ, ਜਿਵੇਂ ਮੈਂ ਹਾਂ ਚਾਹੁੰਦੀ ਤੈਕੂ ਕੋਈ ਨਾ ਚਾਸੀ, ਮੇਰਾ ਪਿਆਰ ਤੈਕੂ ਬਹੁ ਯਾਦ ਆਸੀ, ਤੈਨੂੰ ਜੈ ਬਛਾਏ ਉਹਦਾ ਮੂੰਹ ਤੇ ਲੈ ਆ, ਉਹਦਾ ਮੂੰਹ ਤੇ ਲੈ ਆਓ ਗਿਲਾ ਤੇ ਡਾਕਰੀ। ਵਾਹ ਵਾਹ ਵਾਹ, ਕੀ ਬਾਤ ਹੈ ਜੀ, ਅੱਲਾਹ ਪਾਕ ਤੁਹਾਡੀ ਆਵਾਜ਼ਾਂ ਦੇ ਇਸਰਾ ਹੀ ਕਰਮ ਰੱਖੇ, ਆਮੀਨ। ਇੱਕ ਸਾਡੀ ਆਰਟਿਸਟ ਹੈ ਪਾਕਿਸਤਾਨ ਦੀ, ਬੜੀ ਖੂਬਸੂਰਤ ਹੋਈ ਆਵਾਜ਼ ਹੈ, ਉਹਨਾਂ ਨੇ ਵੀ ਇਸ ਗਾਣੇ ਤੋਂ ਆਪਣੀ ਪਹਿਚਾਣ ਆਪਣੀ ਪਹਿਚਾਣ ਬਣਾਈ, ਗੁਲਾਬ ਗੁਲਾਬ। ਲੇਕਿਨ ਲੇਕਿਨ ਇਹ ਵੀ ਮੈਂ ਗੱਲ ਮੈਨੂੰ ਯਾਦ ਆ ਗਈ ਕਿ ਇੱਕ ਦਫ਼ਾ ਲਾਸਟ ਟਾਈਮ ਅਸੀਂ ਸ਼ੋਅ 'ਤੇ ਇਕੱਠੇ ਹੋਏ, ਔਰ ਇਹ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਹਰ ਆਰਟਿਸਟ ਇਸ ਤਰ੍ਹਾਂ ਦਾ ਨਹੀਂ ਹੈ, ਭੱਜ ਦੌੜ ਪਈ ਹੋਈ ਹੈ, ਖਿੱਚਾ ਤੁਈ ਪਈ ਹੋਈ ਹੈ। ਲੇਕਿਨ ਮੈਂ ਉਸ ਆਰਟਿਸਟ ਦਾ ਸ਼ੁਕਰੀਆ ਅਦਾ ਕਰਾਂਗੀ ਕਿ ਜਦੋਂ ਸਾਡਾ ਫੇਸ ਟੂ ਫੇਸ ਪਹਿਲੀ ਵਾਰੀ ਮੁਲਾਕਾਤ ਹੋਈ ਤੀ, ਕਿਉਂਕਿ ਉਹਦਾ ਵੀ ਹਿੱਟ ਗਿਆ ਸਾਡਾ ਵੀ, ਲੇਕਿਨ ਉਹਨੂੰ ਜਦੋਂ ਫਰਮਾਇਸ਼ ਕੀਤੀ ਗਈ ਸਟੇਜ 'ਤੇ ਕਿ ਉਹ ਗਾਣਾ ਸੁਣਾ, ਤਾਂ ਉਹਨੇ ਕਿਹਾ ਕਿ ਮੈਂ ਤੁਹਾਨੂੰ ਇਹ ਕਲੀਅਰ ਕਰ ਦਵਾਂ ਕਿ ਇਸ ਟਾਈਮ ਜਿਹੜੀ ਮੇਰੇ ਸਾਹਮਣੇ ਆਰਟਿਸਟ ਬੈਠੀ ਹੈ ਇਹ ਓਰਿਜਨਲੀ ਉਹਨਾਂ ਦਾ ਹੈ, ਅਤੇ ਮੈਂ ਉਹਨਾਂ ਦੇ ਸਾਹਮਣੇ ਨਹੀਂ ਸੁਣਾ ਸਕਦੀ। ਉਹਨੇ ਬਕਾਇਦਾ ਮੇਰੇ ਕੋਲ ਇਜਾਜ਼ਤ ਲਈ, ਮੈਨੂੰ ਸਟੇਜ 'ਤੇ ਬੁਲਾਇਆ, ਮੇਰੀ ਇਜਾਜ਼ਤ ਦੇ ਨਾਲ ਉਹਨੇ ਸੁਣਾਇਆ, ਅਤੇ ਮੈਨੂੰ ਵੀ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਹੋਇਆ, ਮੈਨੂੰ ਕਿਹਾ ਬਿਸਮਿਲ੍ਲਾ ਤੁਸੀਂ ਸੁਣਾਓ, ਕੋਈ ਇਹ ਅਦਬ ਹੈ, ਔਰ ਇਹ ਗੱਲ ਅੱਜ ਵੀ ਮੈਨੂੰ ਯਾਦ ਹੈ, ਮੈਂ ਉਹਦੀ ਰਿਸਪੈਕਟ ਕਰਦੀ ਹਾਂ ਦਿਲੋਂ, ਅੱਲਾਹ ਪਾਕ ਨੂੰ ਮੰਨਦੇ, ਕੁਝ ਲੋਕ ਤਾਂ ਗਾ ਕੇ ਮੰਨਦੇ ਹੀ ਨਹੀਂ, ਮੰਨਦੇ ਹੀ ਨਹੀਂ, ਔਰ ਉਹ ਗਲੀ ਨੇ ਮੈਨੂੰ ਸਾਹਮਣੇ ਕਿਹਾ, ਔਰ ਉਹਦੀ ਉਹਦੀ ਇਹ ਮਿਹਰਬਾਨੀ ਹੈ ਅੱਜ ਦੇ ਦੌਰ ਦੇ ਵਿੱਚ। ਅੱਗੇ ਇੱਕ ਸਿੰਗਰ ਨੇ ਕੋਈ ਗਾਣਾ ਗਾਇਆ, ਮੈਂ ਕਿਹਾ ਤੇ ਫਲਾਂ ਬੰਦੇ ਦਾ, ਉਹ ਕਹਿੰਦਾ ਨਹੀਂ ਭਾਅ ਜੀ ਮੇਰਾ, ਮੈਂ ਕਿਹਾ ਅੱਗੇ ਤਾਂ ਲੋਕ ਕਸਮ ਖਾ ਕੇ ਨਹੀਂ ਸੀ ਮੰਨਦੇ, ਤੂੰ ਗਾਣਾ ਗਾ ਕੇ ਨਹੀਂ ਮੰਨਦਾ। ਸੱਜਾਦ ਅਲੀ ਮੈਨੂੰ ਵੀ ਬੜਾ ਪਸੰਦ ਹੈ, ਤੁਸੀਂ ਵੀ ਉਹਨਾਂ ਦਾ ਇੱਕ ਗਾਣਾ ਗਾਇਆ ਹੈ ਬੜਾ ਅੱਛਾ, ਬਿਲਕੁਲ ਮੇਰੇ ਵਾਸਤੇ। ਹਾਂਜੀ ਇਹ ਮੇਰੇ ਵਾਸਤੇ ਔਨਰ ਦੀ ਗੱਲ ਹੈ ਕਿ ਮੈਂ ਉਹ ਯੂਟਿਊਬ 'ਤੇ ਜਦੋਂ ਗਾਣਾ ਦਿੱਤਾ ਚੈਨਲ 'ਤੇ, ਅਤੇ ਉਹਨਾਂ ਨੇ ਮੈਨੂੰ ਕਮੈਂਟਸ ਦੇ ਵਿੱਚ ਹਾਰਟ ਭੇਜਿਆ, ਅਤੇ ਇਹ ਬੜੀ ਗੱਲ ਹੁੰਦੀ ਹੈ ਕਿ ਕੋਈ ਐਡਾ ਵੱਡਾ ਆਰਟਿਸਟ ਆਪਣੀ ਹੀ ਚੀਜ਼ ਨੂੰ ਕਿਸੇ ਦੇ ਮੂੰਹ ਸੁਣ ਕੇ ਉਹਨੂੰ ਐਪਰੀਸ਼ੀਏਟ ਕਰ ਰਿਹਾ। ਮੈਂ ਚਾਹੁੰਦਾ ਹਾਸ਼ਮੀ ਸਾਹਿਬ, ਦੇਖੋ ਜਿੰਨਾ ਵੱਡਾ ਫਨਕਾਰ ਹੋਵੇ ਨਾ ਉਹ ਉਨਾ ਹੀ ਵੱਡਾ ਇਨਸਾਨ ਹੁੰਦਾ। ਬਿਲਕੁਲ ਬਿਲਕੁਲ, ਅਤੇ ਭਾਅ ਜੀ ਨਾਲ ਮੈਂ ਵੀ ਬੜਾ ਲਵ ਕਰਨਾ ਵਾ, ਮੇਰੇ ਤਾਂ ਬੜੇ ਪਸੰਦੀਦਾ ਸਿੰਗਰ ਨੇ ਸੱਜਾਦ ਅਲੀ ਸਾਹਿਬ, ਅਤੇ ਉਹਨਾਂ ਨੂੰ ਮੈਂ ਫਿਰ ਇੱਕ ਦਿਨ ਮਿਲੇ ਨੇ ਮੈਨੂੰ ਦੁਬਈ, ਮੈਂ ਕਿਹਾ ਜੀ ਤੁਸੀਂ ਦੁਬਈ 'ਚ ਰਾਵੀ ਲਗਾਉਂਦੇ ਹੋ, ਸਾਡੀ ਤਾਂ ਆਪਣੀ ਰਾਵੀ ਦਾ ਤਬਾਹ ਹੋ ਗਈ, ਲਗਾ ਲਈ ਹੈ ਤੇ ਵੱਜ ਵੀ ਗਈ। ਮੈਂ ਕਿਹਾ ਸਾਡੀ ਰਾਵੀ 'ਚ ਮੱਝਾਂ ਵੜੀਆਂ ਨੇ, ਤੁਸੀਂ ਕਹਿੰਦੇ ਇੱਥੋਂ ਕਦੀ ਰਾਵੀ ਲੰਘ ਜਾਵੇ। ਹਾਂਜੀ ਬਿਲਕੁਲ, ਅਤੇ ਮੈਂ ਇਹ ਗਾਣਾ ਅਗਰ ਉਹ ਕਦੀ ਵੀ ਇਸ ਇਹ ਪ੍ਰੋਗਰਾਮ ਸੁਣਨ, ਤਾਂ ਉਹਨਾਂ ਦੀ ਨਜ਼ਰ ਮੇਰੇ ਵੱਲੋਂ ਇੱਕ ਛੋਟੀ ਜਿਹੀ ਕੋਸ਼ਿਸ਼, ਮੈਂ ਦੋ ਬੋਲ ਸੁਣਾਉਣਾ ਚਾਹਾਂਗੀ। ਜੇ ਇੱਥੋਂ ਕਦੀ ਰਾਵੀ ਲੰਘ ਜਾਵੇ, ਹਯਾਤੀ ਪੰਜਾਬੀ ਬਣ ਜਾਵੇ, ਮੈਂ ਬੇੜੀਆਂ ਹਜ਼ਾਰ ਤੋੜ ਲਾਂ, ਮੈਂ ਪਾਣੀ ਚੋਂ ਸਾਨ ਛੋੜ ਲਾਂ। ਜੇ ਰਾਵੀ ਵਿੱਚ ਪਾਣੀ ਕੋਈ ਨਹੀਂ, ਤੇ ਆਪਣੀ ਕਹਾਣੀ ਕੋਈ ਨਹੀਂ, ਜੇ ਸੰਗ ਵੇਲੇ ਆ
कोई ना ते किसे नू सुनानी कोई नहीं अखां च दरिया खोल के मैं अपनी मुहार मोड़ ला बारे बार जे तो कदी रावी लग जावे हो बहुत अच्छा जी थैंक यू आ जा माही देर ना लावी मैनू तुसी इन्नी शाबाशियां दे रहे हो मैनू उड़दी उड़दी खबर मिली है बल्कि प्रोग्रामा च भी मैं देखे तुसी आप बड़ा अच्छा गाते हो मेरी रिक्वेस्ट है कि दो लाइनें तुसी भी सुना दो नहीं मैं प्रोफेशनल सिंगर नहीं गा लेकिन मैनू पता है लेकिन आर्टिस्ट सुर नाल मेनू मोहब्बत बड़ी है हां सुर है भी है सुना दो दो लाइनें वो आर्टिस्ट नहीं जिदे अंदर सुर नहीं है बिल्कुल क्योंकि कॉमेडी भी एक सुर है हां जी बिल्कुल बिल्कुल ते सज्जाद अली साहब दा ही मैं तुहानू जी 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 बिस्मिल्ला सुना देना बिल्कुल बिस्मिल्ला तस्वीर बना के मैं तेरी जीवन दा बहाना लबे आए तू ना बिछड़ के मिले चन सजना असा सारा जमाना लबे आए तस्वीर सुन सकना वा लेकिन नहीं नहीं बहुत अच्छे बहुत अच्छे ਤੁਸੀਂ ਹੁਣ ਆਇੰਦਾ ਪ੍ਰੋਜੈਕਟ 'ਤੇ ਕੰਮ ਕਰ ਰਹੇ ਹੋ ਜੀ ਬਿਲਕੁਲ ਇਨਸ਼ਾਅੱਲਾ ਔਰ ਬਹੁਤ ਅੱਛੇ ਔਰ ਜਿਸ ਤਰ੍ਹਾਂ ਸਾਡੀ ਆਡੀਅੰਸ ਦੀ ਸਾਡੇ ਤੋਂ ਉਮੀਦ ਹੁੰਦੀ ਹੈ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਮਜ਼ੀਦ ਉਹਨਾਂ ਨੂੰ ਅੱਛਾ ਦਿਆਂ ਕੰਮ ਅੱਲਾ ਕਰੇ ਕਿ ਕਰੋਨਾ ਖਤਮ ਹੋ ਜਾਵੇ ਆਮੀਨ ਉਹਨੇ ਤਾਂ ਬਹੁਤ ਸਤਾਇਆ ਹੈ ਇਹਦੀ ਆਜ਼ਾਦੀ 'ਚ ਸਿਰਫ ਫਨਕਾਰ ਆਉਂਦੇ ਨੇ ਬਾਕੀ ਸਾਰੇ ਲੋਕ ਆਪਣਾ ਆਪਣਾ ਕੰਮ ਕਰ ਰਹੇ ਕੰਮ ਕਰੀ ਜਾ ਰਹੇ ਨੇ ਔਰ ਮੈਂ ਆਪਣੀ ਆਡੀਅੰਸ ਨੂੰ ਇਹ ਕਹਿਣਾ ਚਾਹਾਂਗੀ ਹਲੇ 3-4 ਦਿਨ ਪਹਿਲੇ ਇੱਕ ਗਾਣਾ ਸਾਡਾ ਰਿਲੀਜ਼ ਹੋਇਆ ਮੇਰਾ ਅਤੇ ਔਨ ਅੱਬਾਸ ਦਾ ਜਿਸ ਤਰ੍ਹਾਂ ਪਹਿਲਾ ਗਾਣਾ ਆਇਆ ਸੀ ਹਾਜ਼ਰ ਅਸਾਂ ਡੋਲਾ ਹਾਜ਼ਰ ਹਾਂ ਉਸ ਬਹੁਤ ਅੱਛਾ ਚੱਲਿਆ ਲੋਕਾਂ ਨੇ ਸੁਣਿਆ ਅਤੇ ਹੁਣ ਜਿਹੜਾ ਸਾਡਾ ਗਾਣਾ 2-3 ਦਿਨ ਪਹਿਲੇ ਆਇਆ ਉਹਦਾ ਨਾਮ ਹੈ ਪਾ ਕੇ ਦੋ ਦੋ ਰੰਗ ਦਾ ਚੋਲਾ ਅਤੇ ਉਹਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਾ ਔਰ ਉਮੀਦ ਹੈ ਕਿ ਤੁਹਾਨੂੰ ਉਹ ਬਹੁਤ ਜ਼ਿਆਦਾ ਪਸੰਦ ਆਏਗਾ ਔਨ ਅੱਬਾਸ ਵੀ ਬਹੁਤ ਸਿੰਗਰ ਪਿਆਰਾ ਹੈ ਮੇਰਾ ਦੋਸਤ ਹੈ ਉਹਦਾ ਵੋਕਲ ਬਹੁਤ ਅੱਛਾ ਹੈ ਉਹਦਾ ਵੋਕਲ ਪਾ ਕੇ ਕੁਦਰਤੀ ਹਾਂਜੀ ਤੇ ਵੈਸੇ ਵੀ ਉਹ ਮਿਹਨਤ ਕਰ ਰਿਹਾ ਹੈ ਹਾਂਜੀ ਬਿਲਕੁਲ ਯੰਗ ਹੈਗਾ ਅੱਗੇ ਇਨਸ਼ਾਅੱਲਾ ਤਾਲਾ ਨਿਕਲੇਗਾ ਇਨਸ਼ਾਅੱਲਾ ਇਨਸ਼ਾਅੱਲਾ ਤੇ ਆਰਟਿਸਟ ਨੂੰ ਮਿਹਨਤ ਕਰਨੀ ਚਾਹੀਦੀ ਹੈ ਅੱਲਾ ਨੇ ਜਿਹਨੂੰ ਫਨ ਦਿੱਤਾ ਹੈ ਤੇ ਉਹਨੂੰ ਮਿਹਨਤ ਕਰਕੇ ਪਾਕਿਸਤਾਨ ਦੀ ਪਹਿਚਾਣ ਬਣਾਈ ਮੁਲਕੋਂ ਬਾਹਰ ਵੀ ਗਿਆ ਤੁਸੀਂ ਹਾਂਜੀ ਮਾਸ਼ਾਅੱਲਾ ਬਹੁਤ ਜ਼ਿਆਦਾ ਟੂਰ ਕੀਤੇ ਨੇ ਕਿੱਥੇ ਕਿੱਥੇ ਦੁਬਈ ਕੀਤਾ ਹੈ ਬਾਕੂ ਕੀਤਾ ਹੈ ਨਾਰਵੇ ਕੀਤਾ ਹੈ ਮਤਲਬ ਇਸ ਤਰ੍ਹਾਂ ਮੁਖਤਲਿਫ ਸਾਡੇ ਔਰ ਮੈਂ ਜਿਹੜਾ ਮੇਰਾ ਸੌਂਗ ਆਇਆ ਉਹਦੇ ਦੋ ਲਾਈਨਾਂ ਤਾਂ ਕਿ ਆਡੀਅੰਸ ਨੂੰ ਪਤਾ ਚੱਲ ਜਾਏ ਕਿ ਕਿਹੜਾ ਸੌਂਗ ਆਇਆ ਹਾਂ ਮਿਹਰਬਾਨੀ ਜ਼ਰਾ ਪਾ ਕੇ ਦੋ ਰੰਗ ਦਾ ਚੋਲਾ ਨਾ ਮਾਰ ਸਾਨੂੰ ਢੋਲਾ ਪਾ ਕੇ ਦੋ ਰੰਗ ਦਾ ਚੋਲਾ ਨਾ ਮਾਰ ਸਾਨੂੰ ਢੋਲਾ ਰੁਲਵੇ ਸਿਆ ਜਾਨ ਪਟੋਲਾ ਰੁਲਵੇ ਸਿਆ ਜਾਨ ਪਟੋਲਾ ਨਾ ਮਾਰ ਸਾਨੂੰ ਢੋਲਾ ਪਾ ਕੇ ਦੋ ਰੰਗ ਦਾ ਚੋਲਾ ਨਾ ਮਾਰ ਸਾਨੂੰ ਢੋਲਾ ਨਾ ਮਾਰ ਸਾਨੂੰ ਢੋਲਾ ਬਹੁਤ ਅੱਛੇ ਮੈਂ ਕਹਿੰਦਾ ਇਸ ਵੇਲੇ ਸਰੈਕੀ ਗਾਣਾ ਰਾਜ ਕਰ ਰਿਹਾ ਬਿਲਕੁਲ ਪੂਰੀ ਦੁਨੀਆ ਦਾ ਗਾਣਾ ਹੈ ਨਾ ਇਹ ਸਰੈਕੀ ਨਹੀਂ ਗਾ ਚੰਗ ਹੋਰ ਬੋਲੀ ਬੋਲੀ ਜਾਂਦੀ ਹੈ ਤੇ ਇਸ ਤਰ੍ਹਾਂ ਮੁਲਤਾਨ ਚਲੇ ਜਾਓ ਫਿਰ ਸਰੈਕੀ ਸ਼ੁਰੂ ਬਿਲਕੁਲ ਅੱਛਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਹੁਣ ਸਰੈਕੀ ਪੂਰੀ ਦੁਨੀਆ 'ਚ ਸੁਣਿਆ ਜਾ ਰਿਹਾ ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਕਿ ਸਰੈਕੀ ਵੀ ਜ਼ਰਾ ਸਿੰਪਲ ਵਾਲੀ ਹੋ ਜਾਏ ਕਿ ਜਿਹੜਾ ਸਭ ਨੂੰ ਸਮਝ ਆ ਜਾਏ ਹਾਂਜੀ ਤੇ ਉਹੀ ਗਾਣਾ ਹਿੱਟ ਵੀ ਹੋ ਜਾਂਦਾ ਬਹੁਤ ਹੀ ਗਾੜੀ ਨਾ ਹੋਵੇ ਉਹ ਨਹੀਂ ਉਸ ਸਮੇਂ ਬਤਾ ਇੱਕ ਦੂਜੇ ਨੂੰ ਪੁੱਛਦਾ ਫਿਰ ਯਾਰ ਕੀ ਕਹਿ ਰਿਹਾ ਕੌਣ ਜੀ ਕਹਿ ਨਹੀਂ ਲਾਲਾ ਤੁਸੀਂ ਸਰੈਕੀ ਬੁਲੇਂਦੇ ਹੋ ਥੋੜ੍ਹੀ ਥੋੜ੍ਹੀ ਆਉਂਦੀ ਇਤਨੀ ਕੋਈ ਨਹੀਂ ਆਉਂਦੀ ਲੇਕਿਨ ਮੈਂ ਜਿਹੜੇ ਵੇਲੇ ਬੁਲੇਂਦੀ ਹਾਂ ਤਾਂ ਮੇਰੇ ਸਾਰੇ ਦੋਸਤ ਖਿਲਦੇ ਨੇ ਕਿਉਂਕਿ ਮੇਰੇ ਕੋਲ ਆਉਂਦੀ ਕੋਈ ਨਹੀਂ ਇਤਨੀ ਜ਼ਿਆਦਾ ਮੁਲਤਾਨ ਕਿਹੜੀ ਜਾਇ ਤੇ ਰਹਿੰਦੇ ਤੁਸੀਂ ਮੈਂ ਮੁਲਤਾਨ ਬਿਲਕੁਲ ਕੈਂਟ ਦੇ ਕਰੀਬ ਕੈਂਟ ਦੇ ਕਰੀਬ ਹਾਂਜੀ ਸ਼ਹਿਰ ਹੈ ਨਾ ਉਹ ਤਾਂ ਹਾਂਜੀ ਬਿਲਕੁਲ ਮੈਂ ਵਲ ਮੈਂ 5 ਸਾਲ ਕੰਟੀਨਿਊ ਕੰਮ ਕੀਤਾ ਹੈ ਮੁਲਤਾਨ ਅੱਛਾ ਅੱਛਾ ਥੀਏਟਰ ਅੱਛਾ ਉਦੋਂ ਥੀਏਟਰ ਬੜਾ ਰੂਜ ਤੇ ਸੀ ਹਾਂਜੀ ਮੈਂ ਉੱਥਾਂ ਗੁਲਗਸ਼ਤ ਸਾਡੀ ਤਾਂ ਇਹ ਦੁਆ ਹੈ ਕਿ ਤੁਸੀਂ ਵਲ ਆਓ ਮੁਲਤਾਨ ਔਰ ਉਵੇਂ ਰੌਣਕਾਂ ਬਹਾਲ ਜਿਹੜੀਆਂ ਉਹ ਮੁਲਤਾਨ ਸਾੜੀਆਂ ਬੜੀਆਂ ਮੁਹੱਬਤਾਂ ਨੇ ਆਗਾ ਮਾਜਦ ਮੁਲਤਾਨ ਦਾ ਹੈ ਬਿਲਕੁਲ ਬਿਲਕੁਲ ਮੈਂ ਆਖੇ ਨਾ ਜਿੰਨੇ ਵੱਡੇ ਆਰਟਿਸਟ ਹਨ ਮੁਲਤਾਨ ਜੋ ਹਨ ਇਹ ਪਰੇਸ਼ਾਨੀ ਵਾਲਾ ਕੋਈ ਨਹੀਂ ਸਾਡਾ ਕੌਨਫੀਡੈਂਸ ਹੈ ਸਾਡੀ ਮਤਲਬ ਸਾਡੀ ਮਿੱਟੀ ਇਤਨੀ ਅੱਛੀ ਹੈ ਕਿ ਜਿੰਨੇ ਜ਼ਿਆਦਾ ਆਰਟਿਸਟ ਜਿੰਨੇ ਨਾਮਵਰ ਲੈਜੈਂਡ ਸਾਡੇ ਹੁਣ ਸ਼ਾਇਰ ਸਿਆਸਤਦਾਨ ਹਰ ਚੀਜ਼ ਹੈ ਮੁਲਤਾਨ ਨੇ ਬਹੁਤ ਜ਼ਿਆਦਾ ਸਟਫ ਦਿੱਤਾ ਹੈ ਬੇਸ਼ੱਕ ਸਰੈਕੀ ਗਾਇਕ ਕਿਹੜਾ ਪਸੰਦ ਹੈ ਤੁਹਾਨੂੰ ਸੋਚਣ ਦਿਓ ਹਾਂ ਸਰੈਕੀ ਪੁਰਾਣੇ ਤਾਂ ਸਾਡੇ ਅੱਲਾ ਦਿੱਤਾ ਲੂਣੇ ਵਾਲਾ ਸਾਹਿਬ ਉਹ ਤਾਂ ਕਿਆ ਬਾਤ ਉਹਦੇ ਚਰਿਓਟ ਆ ਗਏ ਨਾ ਹਾਂਜੀ ਹੁਣ ਜਿਸ ਤਰ੍ਹਾਂ ਔਨ ਅੱਬਾਸ ਹੈ ਉਹ ਅੱਛਾ ਗਾ ਰਿਹਾ ਹੈ ਨਹੀਂ ਮੁਲਤਾਨ 'ਚੋਂ ਮੁਲਤਾਨ 'ਚੋਂ ਮਤਲਬ ਉਹ ਬੈਲਟ ਤੁਸੀਂ ਕਹਿ ਸਕਦੇ ਹੋ ਟਿਪੀਕਲ ਮੁਲਤਾਨ ਦੇ ਗਾਏ ਗਾਣੇ ਇਹਨਾਂ ਨੇ ਜਦੋਂ ਗਾਏ ਨੇ ਤੇ ਇਹਨਾਂ ਦੇ ਸੁਪਰ ਹਿੱਟ ਹੋਏ ਨੇ
मुल्तान च हुण कोई आर्टिस्ट नहीं हैगा। अच्छा जी। मेल जिहड़ा न्यूली आया होवे, जंग हो गया, बावलपुर हो गया, डीजी खान हो गया, इन्हां साइडां तो जिहड़े ओह मुल्तान दा ही बेल्ट के लाएगा ना। रोकड़ी साहब सरायकी दे किंग सी। अलबेला टीवी है मेरा चैनल। अच्छा, राणा शफकत साहब मेरे नाल ने, मेरे पार्टनर, वो सारा रन कर दे ने। ताड़े दोवां दा जी बहुत शुक्रिया कि तुसी मैनूं इतनी इज्जत दित्ती, रिस्पेक्ट दित्ती। ताड़े सारयां नूं ये रिक्वेस्ट है कि अलबेला साहब किसी तारुफ दे मोहताज नहीं, और इसी तरह इन्होंने अपना एक चैनल भी इंट्रोड्यूस किया है, और वो पहले भी बहुत अच्छा चल रहा है, और जितने मेरे भी फैनस ने इन्हों भी, तो मैं चाहवागी मजीद उन्होंने जितना हो सके उन्होंने सबसक्राइब करन, उन्होंने शेयर करन, उन्होंने देखन। नवे नवे आर्टिस्ट आते हैं और इन्हों की चिटचैट तो तुम पता है बहुत अच्छी होंगी, तो अच्छा लगेगा सुन के। अगर आप हमारी मजीद वीडियोस देखना चाहते हैं तो हमारा चैनल सब्सक्राइब करें और बेल आइकॉन दबा दें। ऐसे करके